Boy. Hard to let it go.
छत्र अनेक चलावत घाव तो तन एक न लागन पावे। रखत है अपनों कर दै कर पाप समूला पेटन पावे। और की बात, और की बात कवा गए दो सो पेटी के पट बीच बचावे। प्राण के बचैया दूध पूत के देवैया, प्राण के बचैया दूध पूत के देवैया, रोग सोग के मटैया की दो मानी महामान हो। प्राण के बचैया, ओ प्राण के बचैया
भैया भूत भूत के भैया प्राण के बचैया दूत भूत के भैया रोग शोक के पटैया के दो पानी महामार हो प्राण के भैया दूत भूत के भैया हो प्राण निर्जुर निरूप हो के सुंदर स्वरूप हो निर्जुर निरूप हो के सुंदर स्वरूप हो के पुपन के रूप हो के दाता मगदान हो के पुपन के रूप हो के दाता महादान रो हो प्राण के बचैया प्राण के बचैया दूध पोत के भैया प्राण के बचैया दूध पोत के भैया रोग शोक के मटैया गिदो मानी मान हो प्राण के बचैया दूध पूत के भैया प्राण के बचैया विद्या के विचार हो के अध्याया विद्या के विचार हो के अभय अवतार हो के सिद्धता की सूरत हो के शुद्धता की शान हो के सिद्धता की सूरत हो के शुद्धता की शान हो प्राण के बचैया प्राण के बचैया दूध पूत के भैया रोग शोक के मटैया गिदो मानि महामान हो प्राण के बचैया दूध पूत के भैया हो प्राण के बचैया जोबन के जाल हो के काल के काल हो जोबन के जाल हो के काल के काल हो जोबन के जाल हो जोबन के जाल हो हो के शत्रुन के सूल हो के मित्रन के शत्रुन के सूल हो के मित्रन के प्राण हो प्राण के बचैया भूत भूत के भैया प्राण के बचैया भूत भूत के भैया रोग शोक के मटैया गिदो मानी महा प्राण के बचैया दूध पूत के भैया प्राण के बचैया दूध पूत के भैया रोग शोक के मटैया गिदो मानी महामान हो प्राण के बचैया दूध पूत के भैया प्राण के बचैया प्राण के बचैया प्राण के बचैया
ਸਤਿਗੁਰੂ ਸੰਗਤ ਜੀ, 10 ਮਿੰਟ ਦਾ ਸਮਾਂ ਬਾਕੀ ਹੈ। ਆਓ ਅਖੀਰਲਾ ਸ਼ਬਦ ਪੜ੍ਹ ਕੇ ਸਮਾਪਤੀ ਕਰਾਂਗੇ। ਜੋ ਹਰ ਕਾ ਪਿਆਰਾ ਪੰਥ ਤੇ ਬੜੀਆਂ ਆਪਣੇ ਮਹਾਨਿਆ ਸ਼ਖਸੀਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹਨ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਅਤਿ ਅਤਿ ਧੰਨਵਾਦ ਹੈ, ਜਿਹਨਾਂ ਦੀ ਮਾਨ ਮਰਿਆਦਾ ਨੂੰ ਮੁੱਖ ਰੱਖਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਮੁੱਖ ਰੱਖਦੇ ਹਾਂ। ਛੋਟੇ ਛੋਟੇ ਬੱਚਿਆਂ ਨੇ, ਸਿੰਘਣੀਆਂ ਨੇ, ਪਚੰਗੀਆਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਮਹਾਨ ਪੁਰਖ ਬਾਬਾ ਜਰਨੈਲ ਸਿੰਘ ਮਹਾਰਾਜ ਜੀ ਦੀ। ਅੱਜ ਉਹ ਦਿਨ ਮਨਾਉਣ ਵਾਸਤੇ ਇਕੱਤਰਿਤ ਹੋਏ ਹਾਂ। ਪੰਥ ਦੀਆਂ ਬੜੀਆਂ ਸ਼ਖਸੀਅਤਾਂ, ਬਹੁਤ ਬਹੁਤ ਅਤਿਰਿਣੀ ਧੰਨਵਾਦ ਹਾਂ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਦਾ, ਮਹਾਂਪੁਰਖਾਂ ਦਾ ਅਤਿ ਸੁਨੇਹ। ਔਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਸੰਤਾਂ ਮਹਾਂਪੁਰਖਾਂ ਦੀ ਬੜੀ ਬਖਸ਼ਿਸ਼ ਹੈ ਮੇਰੇ 'ਤੇ। ਦਸ ਜਦੋਂ 10 ਪਾਉਂਟਾ ਸਾਹਿਬ ਸੇਵਾ ਦੀ ਹਾਜ਼ਰੀ ਅਤੇ ਜਦੋਂ ਸ੍ਰੀ ਦਰਬਾਰ ਸਾਹਿਬ ਆਉਣਾ, ਪਹਿਲੀ ਮੁਲਾਕਾਤ ਬਾਬਾ ਜੀ ਨਾਲ ਹੋਈ ਮਹਾਰਾਜ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ, ਅਤੇ ਉਹਨਾਂ ਨੂੰ ਉਹਨਾਂ ਨੇ ਮੈਨੂੰ ਕਿਹਾ ਤੂੰ ਰਾਗੀ ਟਕਸਾਲ ਦੇ ਵਿੱਚ ਰਾਗੀ ਸਿੰਘਾਂ ਦਾ ਪ੍ਰਚਾਰਕਾਂ ਦਾ ਜੋ ਅਦਬ ਹੈ ਮੈਨੂੰ ਨਹੀਂ ਲੱਗਦਾ ਕਿਤੇ ਹੋਵੇ। ਗੁਰਦੁਆਰਿਆਂ ਦੀ ਤਾਂ ਗੱਲ ਹੀ ਭੁੱਲ ਜਾਇਓ, ਮੈਨੂੰ ਮਾਫ਼ ਕਰਨਾ, ਰਾਗੀ ਜੀ ਕਰਕੇ ਇਤਨਾ ਅਦਬ ਸਤਿਕਾਰ। ਔਰ ਮਹਾਂਪੁਰਖਾਂ ਦਾ ਇੱਕ ਬਚਨ ਮੈਂ ਤੁਹਾਡੇ ਨਾਲ ਬਿਲਕੁਲ ਜ਼ਰੂਰ ਸਾਂਝਾ ਕਰਨਾ, ਛੋਟਾ ਜਿਹਾ। ਉਹ ਇੱਕ ਬਚਨ ਕਰਿਆ ਕਰਦੇ ਸਨ ਮਹਾਂਪੁਰਖ, ਔਰ ਅੱਜ ਦੀ ਜੋ ਸੰਪਰਦਾਵਾਂ ਨੇ ਉਹ ਵੀ ਇਹੀ ਉਹ ਗੱਲ 'ਤੇ ਜ਼ੋਰ ਦਿੰਦੇ ਨੇ, ਬਈ ਆਪਣੇ ਪ੍ਰਚਾਰਕ ਸਾਂਭੋ, ਗੱਜ ਕੇ ਆਖੋ ਸਤਨਾਮ ਸਿੰਘ, ਪ੍ਰਚਾਰਕ ਸਾਂਭੋ। ਗੁਰਸੰਗਤ ਜੀ ਉਹਨਾਂ ਦੀ ਸਰਪ੍ਰਸਤੀ ਵਿੱਚ ਦਾਸ ਨੇ ਕੀਰਤਨ ਕੀਤਾ ਨਾਨਕ ਨਿਵਾਸ ਉੱਪਰ ਛੱਤ 'ਤੇ, ਔਰ ਜਿੱਥੇ ਉਹਨਾਂ ਦੀਆਂ ਬਖਸ਼ਿਸ਼ ਰਹਿਮਤਾਂ ਥਾਪੜੇ, ਉੱਥੇ ਸੰਤ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਖਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਕਿਉਂਕਿ ਇਹਨਾਂ ਦੀ ਵੀ ਬਖਸ਼ਿਸ਼ ਦਾਸ 'ਤੇ ਅਤਿ ਕਿਰਪਾ ਹੈ। ਗੁਰੂ ਕਿਰਪਾਲਤਾ ਕਰਨ, ਬਖਸ਼ਿਸ਼ ਕਰਨ, ਜਿਉਂਦੇ ਰਹਿਣ ਕੁਰਬਾਨੀਆਂ ਕਰਨ ਵਾਲੇ, ਜਿਉਂਦੇ ਰਹਿਣ ਕੁਰਬਾਨੀਆਂ ਕਰਨ ਵਾਲੇ। ਪਰ ਸ਼ਹੀਦੀ ਕਦੇ ਕਿਸੇ ਦੀ ਬੇਕਾਰ ਨਹੀਂ ਜਾਂਦੀ ਸੰਗਤ ਜੀ, ਇੱਕ ਰੰਗ ਲਿਆਉਂਦੀ ਹੈ। ਇੱਕ ਸ਼ਹਿਰ ਨੇ ਲਿਖਿਆ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਗੁਰੂ ਕਿਰਪਾਲਤਾ ਕਰਨ, ਬਖਸ਼ਿਸ਼ ਕਰਨ। ਆਓ ਇਹ ਅਖੀਰਲਾ ਸ਼ਬਦ ਪੜ੍ਹ ਕੇ ਉਸ ਤੋਂ ਬਾਅਦ ਮੈਂ ਕੀਰਤਨ ਦੀ ਸਮਾਪਤੀ ਕਰਾਂਗਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਖੇਤੀ ਚੱਖ ਚੱਖ ਆਵੇ ਜਾਵੇ। ਆਉਣਾ ਇਹੋ ਜਿਹਾ ਮਹਾਂਪੁਰਖਾਂ ਦਾ ਸਫਲ ਹੈ ਜਿਹੜੇ ਸੰਸਾਰ 'ਤੇ ਆਉਂਦੇ ਨੇ, ਔਰ ਆਪਣਾ ਜੋ ਕਾਰਜ ਹੈ, ਜੋ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਹੋਇਆ, ਬਾਣੇ ਔਰ ਬਾਣੀ ਦੇ ਧਾਰਨੀ ਗੁਰੂ ਦੇ ਚਰਨਾਂ ਨਾਲ ਜੋੜ ਕੇ ਇਸ ਸੰਸਾਰ ਤੋਂ ਰੁਖਸਤ ਹੋ ਜਾਣਾ। ਆਓ ਬੜੇ ਪਿਆਰ ਦੇ ਨਾਲ ਇਸ ਸ਼ਬਦ ਨੂੰ ਪੜ੍ਹ ਕੇ ਉਪਰੰਤ ਖਿਮਾਂ ਦੇ ਜਾਂਦੇ ਹਾਂ। ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕਹਿੰਦੇ ਚੱਖ ਚੱਖ ਆਵੇ ਜਾਵੇ, ਹੋਰ ਕਹਿੰਦੇ ਚੱਖ ਚੱਖ ਕਿਰਪਾ ਆਪ ਜਪਾਵੇ,
आपे सतगुरु मेल सुख दे अपना सेवक आप भरहावे जो हर का प्यारा तो सबना का अपनिया सेवक हांगी आप पैज राख अपनिया भगतांगी पैरी पाए अनकाए रातड़िया वाट दुहेली राम पाप कमाम दे आ तेरा कोई ना बेली राम दूजी गल कूड़ नहीं खुटे नानका ओड़ के सच रही संगत जी धर्म ना कदे किसी ने खत्म किया ते ना धर्म खत्म हो सकता है ते ना ही कोई पैदा होया गज के आखो सतनाम सिंह अपने सेवकों की आप पैज रख है अपने भगतों की पैरी पावे धर्म राय है हर का की है योजा महापुरखों के नज़दीक धर्म राय भी नहीं लगता गज के आखो सतनाम श्री वाहेगुरु संत महापुरखों की एक पदवी बड़ी उची गुरसंगत जी आओ खीरली पंक्ति है समूह दमदमी टकसाल के विद्यार्थी जन मानवीय स्टेज सकत्र साहब मेरे बहुत अति सत्कारयोग और सिख स्टूडेंट फैडरेशन लुधियाना परमजीत सिंह जी खालसा वह भी विराजमान हैं होर शख्सियत भी हाजिर हैं भाई साहब साहब सिंह जी जो हजूरी है बाबा जी के नाल रहिंदे हन उन्होंने लगातार मेरे नाल फोन पर गल करते रहना तो आप दिखे भी कुछ इतनी सेवा जो की है आप जी ने प्रवान करनी सतगुरु बख्शिश कर रहमत कर गुर कृपा जह नरको कीनी तै ए जुगत पछानी नानक दीन भयो गोबिंद सिंह ज्यो पानी संघ पानी आओ बड़े प्यार सरम कर दें खीरली पंक्ति उपरंत समाप्त धर्म राय हर का किया हर जन सेवक मेल नया धर्म राय धर्म राय हर का किया धर्म राय हर का किया हर जन सेवक मेल नावे जो हर का प्यारा सो सपना का प्यारा हर का प्यारा तो सबना का प्यारा और कहती चख चख आवे जावे
सबना का प्यारा जो हरा सबना का प्यारा मुर्गे के चाक चाक ਸਤਿ ਸਿੰਘ ਜੀ ਬਾਣੀ ਪੜ੍ਹਦਿਆਂ ਬਿਆਨ ਉੱਲਾਂ ਹੋ ਗਿਆ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਨੀ ਚੜ੍ਹਦੀ ਕਲਾ ਟਾਈਮ ਟੀ ਵੀ ਔਰਸ਼ਿਕ ਚੈਨਲ ਔਰ ਮੇਰੇ ਸਤਿਕਾਰਯੋਗ ਦਾਰ ਕੁਲਦੀਪ ਸਿੰਘ ਜੀ ਜਰਮਨ ਤੋਂ ਗੁਰਪ੍ਰੀਤ ਸਿੰਘ ਜੀ ਉਹ ਵੀ ਰਹਿਨੁਮਾਈ ਕਰ ਰਹੇ ਹਨ ਸਤਿਗੁਰੂ ਕਿਰਪਾਲਤਾ ਕਰਨ ਬਖਸ਼ਿਸ਼ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਜੋ ਸਮਾਗਮ ਹੈ ਸ਼ਹੀਦੀ ਸਮਾਗਮ ਉਹ ਆਪ ਜੀ ਜਿੱਥੇ ਜਿੱਥੇ ਬੈਠੇ ਹੋ ਸ਼ਰਮ ਕਰ ਰਹੇ ਹੋ ਗੁਰੂ ਦੀ ਗੋਦ ਵਿੱਚ ਬੈਠੇ ਹੋ ਬਹੁਤ ਬਹੁਤ ਧੰਨਵਾਦ ਮਾਨਵੀ ਹੈ ਬਾਬਾ ਜੀ ਦੇ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ ਜਥੇਦਾਰ ਬਾਬਾ ਨਾਗਰ ਸਿੰਘ ਜੀ ਉਹ ਵੀ ਉਪਸਥਿਤ ਹਨ ਸਰਬੱਤ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਆਏ ਨੇ ਸਭ ਦੀਆਂ ਹਾਜ਼ਰੀਆਂ ਕਬੂਲ ਹੋਵੇ ਬੜੇ ਪਿਆਰ ਸ਼ਰਧਾ ਉਹ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ